ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਫੇਸਬੁੱਕ ਦੇ ਵਿੱਚ ਸਵਾਗਤ ਕਰਦੇ ਹਾਂ ਸਾਰਿਆਂ ਦਾ। ਅੱਜ ਅਸੀਂ ਤੁਹਾਨੂੰ ਡਿਫਰੈਂਟ ਡਿਫਰੈਂਟ ਆਰਟੀਕਲ ਦਿਖਾਵਾਂਗੇ। ਇਹਦੇ 'ਚ ਅਸੀਂ ਤੁਹਾਨੂੰ ਕੁਛ ਮਤਲਬ ਪਿਓਰ ਦੇ ਵਿੱਚ ਆਈਟਮ ਦਿਖਾਵਾਂਗੇ ਅਤੇ ਕੁਛ ਦਿਖਾਵਾਂਗੇ ਤੁਹਾਨੂੰ ਵਾਸ਼ੇਬਲ ਦੇ ਵਿੱਚ। ਤਕਰੀਬਨ 20 ਦੇ ਆਸ ਪਾਸ ਪੀਸ ਤੁਹਾਨੂੰ ਸ਼ੋਅ ਕਰਾਂਗੇ। ਇਹਦੇ ਜਿਹੜੇ ਸਾਰੇ ਆਰਟੀਕਲ ਨੇ ਤਕਰੀਬਨ ਉਹ ਅਨਸਟਿਚ ਪੀਸ ਆਣਗੇ, ਅਤੇ ਇਹਦੇ ਨਾਲ ਆਪਾਂ ਮਤਲਬ ਪਲਾਜ਼ੋ, ਪੈਂਟ, ਸ਼ਰਾਰਾ, ਗਰਾਰਾ ਜੋ ਮਰਜ਼ੀ ਸਟਿਚ ਕਰਾ ਸਕਦੇ ਹਾਂ। ਤਕਰੀਬਨ ਜਿਹੜੇ 20 ਪੀਸ ਆਣਗੇ ਉਹ ਹਰ ਦੇ ਵਿੱਚ ਆਪਾਂ ਨੂੰ ਕਲਰ ਆਪਸ਼ਨ ਆਏਗੀ, ਇੱਕ ਇੱਕ ਦੋ ਦੋ ਕਲਰ ਮਤਲਬ ਉਹਦੇ 'ਚ ਤੁਹਾਨੂੰ ਸ਼ੋਅ ਕਰਾਂਗੇ ਨਾਲ ਨਾਲ, ਕਿਉਂਕਿ ਆਈਟਮ ਸਾਡੇ ਕੋਲ ਡੇਲੀ ਨਵੀਆਂ ਆਉਂਦੀਆਂ ਨੇ ਅਤੇ ਇਸ ਕਰਕੇ ਤੁਹਾਨੂੰ ਅਸੀਂ ਨੰਬਰ ਆਪਣੇ ਜਿਹੜੇ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ। ਪਹਿਲਾਂ ਇੱਕ ਵਾਰੀ ਬੇਟਾ ਸ਼ੁਰੂ ਕਰੋ, ਜਿਹੜਾ ਤੇਰਾ ਉੱਪਰ ਜਾ ਦੇ। ਇਹ 3 ਨੰਬਰ ਨੇ ਸਾਡੇ ਸਟੋਰ ਦੇ, ਇਹਨਾਂ 3 ਨੰਬਰਾਂ 'ਤੇ ਵਟਸਐਪ ਚੱਲਦਾ। ਤੁਸੀਂ ਇਹਦੇ 'ਤੇ ਕੋਈ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ, ਕੁਛ ਤੁਸੀਂ ਹੋਰ ਵੀਡੀਓ ਕਾਲ ਕਰਕੇ ਚੀਜ਼ਾਂ ਦੇਖਣੀ ਚਾਹੁੰਦੇ ਹੋ, ਉਹਨਾਂ ਨੰਬਰਾਂ 'ਤੇ ਕਾਲ ਕਰਕੇ ਤੁਸੀਂ ਕੁਛ ਹੋਰ ਵੀ ਦੇਖ ਸਕਦੇ ਹੋ। ਬਾਕੀ ਬੁਕਿੰਗ ਵਾਸਤੇ ਸਾਡੇ 3 ਨੰਬਰ ਨੇ, ਇਹਨਾਂ 3 ਨੰਬਰਾਂ 'ਤੇ ਤੁਸੀਂ ਬੁਕਿੰਗ ਕਰਾਉਣੀ ਹੈ। ਤੁਸੀਂ ਕਿਤੇ ਵੀ ਪਾਰਸਲ ਮੰਗਾਉਣਾ ਚਾਹੁੰਦੇ ਹੋ, ਆਪਣੇ ਕੋਲ ਹਰ ਜਗ੍ਹਾ 'ਤੇ ਪਾਰਸਲ ਭੇਜਣ ਦਾ ਅਰੇਂਜਮੈਂਟ। ਅਗਰ ਤੁਸੀਂ ਇੰਡੀਆ ਮੰਗਾਉਣਾ ਚਾਹੁੰਦੇ ਹੋ ਫਿਰ ਅਸੀਂ ਪਾਰਸਲ ਭੇਜਦੇ ਹਾਂ DTDC 'ਤੇ, ਆਊਟ ਆਫ ਇੰਡੀਆ ਸਾਡਾ ਪਾਰਸਲ ਜਾਂਦਾ DHL 'ਤੇ। ਲਓ ਜੀ, ਨੰਬਰ ਤੁਸੀਂ ਇੱਥੇ ਹੀ ਨੋਟ ਕਰੋ ਅਤੇ ਆਪਾਂ ਤੁਹਾਨੂੰ ਵੀਡੀਓ ਸ਼ੁਰੂ ਕਰਨ। ਸਭ ਤੋਂ ਪਹਿਲਾਂ ਤਾਂ ਦਿਖਾ ਰਿਹਾ ਸੀ ਪਿਓਰ ਸਾਟਨ ਦੇ ਉੱਤੇ ਨਵੀਂ ਆਈਟਮ ਮੇਰੇ ਕੋਲ ਆਈ ਹੈ। ਬੇਟਾ ਸ਼ੁਰੂ ਕਰੀਏ ਨਾ ਅੱਗੇ ਬੇਟੇ। ਲਓ ਜੀ, ਪਿਓਰ ਸਾਟਨ ਦੇ ਉੱਤੇ ਕੋਨਸੈਪਟ ਆਇਆ ਡਿਜੀਟਲ ਦੁਪੱਟੇ ਨਾਲ, ਬਿਲਕੁਲ ਨਵਾਂ ਆਰਟੀਕਲ ਹੈ। ਫੈਬਰਿਕ ਵੀ ਬਹੁਤ ਪਿਆਰਾ ਵਾ ਅਤੇ ਰੇਟ ਵੀ ਬਹੁਤ ਇਕਨੋਮਿਕ ਆ। ਆਹ ਦੇਖੋ, ਆਹ ਲੁੱਕ ਆਏਗੀ, ਇਹ ਰੂਬੀ ਮਜੈਂਟਾ ਕਲਰ ਹੁੰਦਾ। ਆਲ ਓਵਰ ਪੂਰੀ ਸ਼ਰਟ ਦੇਖੋ ਇਸ ਤਰ੍ਹਾਂ ਆਏਗੀ। ਇਹ ਪੂਰੀ ਸ਼ਰਟ ਦਾ ਫਰੰਟ ਆਏਗਾ, ਨੀਚੇ ਬਾਰਡਰ ਆਏਗਾ ਹਲਕਾ ਜਿਹਾ। ਇਹ ਸਾਰਾ ਡੋਰੀ ਦਾ ਕੰਮ ਆ ਜੀ। ਇਹਦਾ ਇਹਦੇ ਉੱਪਰ ਸਾਰੀ ਪਹਿਲਾਂ ਇਹ ਬਨਾਰਸੀ ਵੀਵਿੰਗ ਹੈ ਸਾਟਨ ਦੇ ਵਿੱਚ। ਮੋਸਟਲੀ ਵੀਵਿੰਗ ਆਉਂਦੀ ਹੁੰਦੀ ਪਹਿਲਾਂ ਜੋਰਜਟ 'ਤੇ ਜਾਂ ਕਰੇਬ ਦੇ ਵਿੱਚ ਜਾਂ ਔਰਗੈਂਜ਼ਾ 'ਚ। ਇਹ ਹੁਣ ਸਾਟਨ ਦੇ ਉੱਤੇ ਫਸਟ ਟਾਈਮ ਆਈਟਮ ਆਈ ਹੈ, ਪਹਿਲਾਂ ਵੋਵਨ ਹੈ ਸਾਰੀ। ਫਿਰ ਉਹਦੇ ਉੱਪਰ ਇੰਬਰਾਇਡਰੀ ਸਾਰੀ ਡੋਰੀ ਦਾ ਪੈਨਲ ਹੈ। ਫਿਰ ਉਹਦੇ ਉੱਪਰ ਕੁੜਤਾ ਪੱਟੀ ਨੈੱਕ ਬਣਿਆ ਸਾਰਾ, ਉਹਦੇ ਵਿੱਚ ਵੀ ਹਲਕੀ ਹਲਕੀ ਸੀਕੁਐਂਸ ਦਾ ਵਰਕ ਦਿੱਤਾ ਹੋਇਆ। ਇਹ ਪੂਰੀ ਸ਼ਰਟ ਦਾ ਫਰੰਟ ਆਏਗਾ ਸਾਰਾ, ਠੀਕ ਹੈ ਜੀ। ਅਤੇ ਬੈਕ ਸੇਮ ਆਏਗੀ, ਇਹ ਨੀਚੇ ਆਏਗਾ, ਇਹਦੇ 'ਚ ਪੈਂਟ, ਪਲਾਜ਼ੋ ਤੁਸੀਂ ਜੋ ਵੀ ਬਣਾਉਣਾ ਚਾਹੋਗੇ ਉਹ। ਸਿਲਕ ਦੇ ਉੱਪਰ ਡਿਜੀਟਲ ਪ੍ਰਿੰਟਿੰਗ, ਬਿਲਕੁਲ ਸੁਪਰ ਪੀਸ ਹੈ ਜਿਹੜਾ। ਅਤੇ ਬੇਟੇ ਦੁਪੱਟਾ ਹਿਸਾਬ ਨਾਲ ਜਿਹੜਾ ਦੁਪੱਟਾ ਇਹਦਾ ਉਸ ਤੋਂ ਵੀ ਸੁਪਰ ਆਏਗਾ ਜਿਹੜਾ। ਲਓ ਜੀ, ਇਹ ਦੁਪੱਟਾ ਵੀ, ਦੁਪੱਟਾ ਵੀ ਸਾਟਨ ਦੇ ਵਿੱਚ ਹੈ ਜਿਹੜਾ। ਸ਼ਰਟ ਦੁਪੱਟਾ ਸਾਟਨ ਦੇ ਵਿੱਚ ਹੈ, ਬੋਟਮ ਸਿਲਕ ਦੀ ਹੈ, ਬਹੁਤ ਐਕਸਕਲੂਸਿਵ ਪੀਸ ਹੈ। ਨੈੱਕ ਬਣਿਆ ਹੋਇਆ, ਇੱਕ ਹੈਗਾ ਰੂਬੀ ਮਜੈਂਟਾ ਕਲਰ ਅਤੇ ਦੂਜਾ ਹੈਗਾ ਪ੍ਰੋਪਰ ਬਲੈਕ ਕਲਰ ਜੀ ਇਹਦਾ। ਇਹ ਬਲੈਕ ਕਲਰ ਹੈਗਾ ਜੀ ਪ੍ਰੋਪਰ, ਇਹਦੇ 'ਚ ਬਹੁਤ ਐਕਸਕਲੂਸਿਵ ਹੈ। ਤਾਂ ਰੇਟ ਦੱਸੋ ਭਾਅ ਜੀ ਕੀ ਨਿਕਲਿਆ ਇਹਦਾ? ਆਈਟਮ ਨੰਬਰ 1 ਆ, ਸਿਰਫ 3300 ਰੁਪਏ, ਆਪਣਾ ਸੋਰੀ 4300 ਰੇਟ ਨਿਕਲਿਆ ਜੀ। ਆਈਟਮ ਨੰਬਰ 1 ਬਹੁਤ ਐਕਸਕਲੂਸਿਵ ਹੈ, ਪਿਓਰ ਸਾਟਨ ਬੇਸ ਹੈ, ਪਹਿਲਾਂ ਵੀਵਿੰਗ ਹੈ, ਫਿਰ ਉੱਤੇ ਐਮਬਰਾਇਡਰੀ ਹੈ, ਬੋਟਮ ਡਿਜੀਟਲ ਹੈ, ਨਾਲ ਦੁਪੱਟਾ ਡਿਜੀਟਲ ਹੈ। ਲਓ ਜੀ, ਆਈਟਮ ਨੰਬਰ 1 ਆ ਜੀ, ਪ੍ਰਾਈਜ਼ ਇਹਦਾ ਪਏਗਾ ਸਿਰਫ 4300 ਰੁਪਈਏ ਜੀ। ਹਾਂਜੀ, ਸੋਹਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮਿਲਣ ਜੀ ਸਤਿ ਸ਼੍ਰੀ ਅਕਾਲ ਜੀ, ਮੀਨੂ ਜੀ ਸਤਿ ਸ਼੍ਰੀ ਅਕਾਲ ਜੀ, ਐਕਸਟਰਾ ਇਸ਼ਨੂ ਵੀਰਾ। ਹਾਂਜੀ, ਉਹ ਨੀਚੇ ਐਕਸਟਰਾ ਬਾਰਡਰ ਆ ਜੀ ਇਹਦਾ, ਉਹ ਲੈਂਥ ਆਪਾਂ ਛੋਟੀ ਵੱਡੀ ਕਰਨ ਵਾਸਤੇ ਰੱਖਿਆ ਹੋਇਆ ਉਹ ਜੀ, ਉਹ ਐਡਜਸਟੇਬਲ ਹੁੰਦਾ ਨਾਲ ਜੀ ਉਹਦੇ। ਲਓ ਜੀ, ਕੈਚੀ ਆਈਗਾ ਟਾਈਗਰ ਪ੍ਰਿੰਟ ਜਿੱਦਾਂ ਹੁੰਦਾ ਨਾ, ਉਸ ਤਾਂ ਹੀ ਮੇਰੇ ਕੋਲ ਆਈਟਮ ਆਈ ਹੈ। ਇਹ ਚਿਕਨਕਾਰੀ, ਪਹਿਲਾਂ ਨੀਚੇ ਸਾਰਾ ਚਿਕਨਕਾਰੀ ਹੈ, ਦੇਖੋ ਸਾਰੀ ਚਿਕਨਕਾਰੀ ਐਮਬਰਾਇਡਰੀ ਹੈ, ਉਹਦੇ ਉੱਪਰ ਸੀਕੁਐਂਸ ਦਾ ਕੰਮ ਹੈ, ਅਤੇ ਨਾਲ ਇਹਦੇ 'ਚ ਪ੍ਰਿੰਟਿੰਗ ਹੈ ਸਾਰੀ। ਇਸ ਤਰ੍ਹਾਂ ਬਹੁਤ ਐਕਸਕਲੂਸਿਵ ਹੈ ਜਿਹੜਾ ਫੈਬਰਿਕ ਹੈਗਾ, ਚਨੌਨ ਛੋਨ ਦੇ ਉੱਤੇ ਹੈ। ਨੀਚੇ ਹਲਕਾ ਜਿਹਾ ਲਾਈਟ ਅਨਮੋਲ ਕਲਰ ਦਾ ਗੋਲਡਨ ਬਾਰਡਰ ਦਿੱਤਾ ਹੋਇਆ। ਸ਼ਰਟ ਦਾ ਫਰੰਟ ਬੈਕ ਐਮਬਰਾਇਡਰੀ ਵੀ ਹੈ, ਉਹਦੇ ਉੱਪਰ ਪ੍ਰਿੰਟਿੰਗ ਵੀ ਹੈ, ਨਾਲ ਨਾਲ ਸੀਕੁਐਂਸ ਦਾ ਕੰਮ ਵੀ ਹੈ, ਅਤੇ ਨਾਲ ਦੁਪੱਟਾ ਇਹਦੇ ਨਾਲ ਆਏਗਾ। ਪਿਓਰ ਜੋਰਜਟ ਔਰਗੈਂਜ਼ਾ ਦੀ ਚੁੰਨੀ ਹੈ, ਬਲੈਕ ਕਲਰ ਦੀ ਚੁੰਨੀ ਹੈ, ਬਲੈਕ ਕਲਰ ਦੀ ਬੋਟਮ ਆਏਗੀ ਸਿਲਕ ਦੀ। ਦੁਪੱਟੇ ਚਾਰੇ ਪਾਸੇ ਬਾਰਡਰ ਹੈ, ਹਲਕੀ ਜਿਹੀ ਔਰਗੈਂਜ਼ਾ ਦੇ ਵਿੱਚ ਇਹਦੇ 'ਚ ਵੀਵਿੰਗ ਹੁੰਦੀ ਹੈ, ਗੜਚੋਲਾ ਵੀਵਿੰਗ ਜਿਹਨੂੰ ਬੋਲਦੇ ਇਸ ਤਰ੍ਹਾਂ। ਇਹਦੇ 'ਚ ਲਾਈਟ ਗੋਲਡਨ ਕਲਰ ਹੈ ਜਿਹੜਾ, ਆਹ ਦੇਖੋ ਇੱਕ ਇਹਦੇ 'ਚ ਡਿਜ਼ਾਈਨ ਆ ਗਿਆ ਇਸ ਤਰ੍ਹਾਂ, ਇਹ ਟਾਈਗਰ ਪ੍ਰਿੰਟ ਟਾਈਪ ਆ ਗਿਆ। ਦੂਜਾ 'ਚ ਆਏਗਾ ਸਟਾਈਪਸ ਦੇ ਵਿੱਚ, ਆ ਵੀ ਸਾਰੀ ਨੀਚੇ ਐਮਬਰਾਇਡਰੀ ਹੈ, ਨਾਲ ਨਾਲ ਸੀਕੁਐਂਸ ਹੈ, ਨੀਚੇ ਡਿਜੀਟਲ ਪ੍ਰਿੰਟਿੰਗ ਹੈ, ਉਹਦੇ ਉੱਪਰ ਇਸ ਤਰ੍ਹਾਂ ਬਾਰਡਰ ਹੈ, ਨਾਲ ਇਹਦੇ 'ਚ ਪੀਕੋਕ ਬਲੂ ਕਲਰ ਦੀ ਚਾਲ ਚੁੰਨੀ ਹੈ, ਬਹੁਤ ਸੁਪਰ ਪੀਸ ਹੈ ਜਿਹੜਾ। ਹਾਂਜੀ, ਮਨਜੀਤ ਕੋਟੇ ਨੂੰ ਸਤਿ ਸ਼੍ਰੀ ਅਕਾਲ ਜੀ, ਕਮਾ ਜੀ ਸਤਿ ਸ਼੍ਰੀ ਅਕਾਲ ਜੀ, ਮੀਨੂ ਜੀ ਸਤਿ ਸ਼੍ਰੀ ਅਕਾਲ ਜੀ, ਸੋਨੀਆ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਆਈਟਮ ਨੰਬਰ 2 ਹੈ, ਪ੍ਰਾਈਜ਼ ਇਹਦਾ ਪਏਗਾ 3190, 3190। ਚਲੋ ਅੱਗੇ ਜੀ। ਲਓ ਜੀ, ਤੀਸਰਾ ਤੁਹਾਨੂੰ ਆਰਟੀਕਲ ਦਿਖਾ ਰਿਹਾ ਇਹ ਬੈਂਗਲੌਰੀ ਵੀ ਹੈ ਜੀ ਅਤੇ ਜੈਪੁਰ ਵੀ ਹੈ, ਮਤਲਬ ਦੋ ਚੀਜ਼ਾਂ, ਮਤਲਬ ਦੋ ਅਲੱਗ ਅਲੱਗ ਸਟੇਟ ਦੀ ਆਈਟਮ ਹੈ।
ਜਿਹੜਾ ਫੈਬਰਿਕ ਹੈ ਉਹ ਸਾਰਾ ਅਸੀਂ ਬਾਈ ਕਰਦੇ ਹਾਂ ਬੈਂਗਲੌਰ ਤੋਂ, ਅਤੇ ਫਿਰ ਪ੍ਰਿੰਟਿੰਗ ਇੰਬਰਾਇਡਰੀ ਇਹਦੇ ਤੋਂ ਉੱਪਰ ਹੁੰਦੀ ਹੈ ਜੈਪੁਰ ਤੋਂ। ਮਤਲਬ ਵਾਈਟ ਫੈਬਰਿਕ ਲੈ ਕੇ ਉੱਥੋਂ ਡਾਈ ਹੁੰਦਾ, ਫਿਰ ਪ੍ਰਿੰਟਿੰਗ ਹੁੰਦੀ ਹੈ, ਫਿਰ ਇੰਬਰਾਇਡਰੀ ਹੁੰਦੀ ਹੈ। ਮਤਲਬ ਕਾਫੀ ਕੁਛ ਕਰਨਾ ਪੈਂਦਾ, ਕਦੇ ਕਿਤੇ ਭੇਜਣਾ ਪੈਂਦਾ, ਕਦੇ ਕਿਤੇ ਭੇਜਣਾ ਪੈਂਦਾ। ਆਹ ਦੇਖੋ ਜਿਹੜਾ ਇਹ ਬੇਸਿਕਲੀ ਇਹ ਬੇਸ ਹੈਗਾ ਲਾ, ਓਵਨ ਬੇਸ ਆ, ਠੀਕ ਹੈ ਜੀ। ਇਹਦੇ ਉੱਪਰ ਪੂਰੀ ਬੂਟੀ ਆਏਗੀ ਸ਼ਰਟ ਦੇ ਉੱਤੇ, ਫਿਰ ਪੈਨਲ ਦੇ ਵਿੱਚ ਸਾਰੀ ਇਸ ਦਾ ਵੀਵਿੰਗ ਪੈਨਲ ਬਣਿਆ ਨੀਚੇ ਪਹਿਲਾਂ ਇਹਦੇ 'ਚ, ਫਿਰ ਉਹਦੇ ਉੱਪਰ ਪ੍ਰਿੰਟਿੰਗ ਆਏਗੀ, ਫਿਰ ਉਹਦੇ ਉੱਪਰ ਇੰਬਰਾਇਡਰੀ ਦੀ ਆਊਟਿੰਗ ਆਏਗੀ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਸ਼ਰਟ ਆਪਣਾ ਪੂਰੀ ਸ਼ਰਟ ਦਾ ਫਰੰਟ ਹੈ, ਬੈਕ 'ਤੇ ਬਾਰਡਰ ਹੈ, ਫੁੱਲ ਬਾਜੂ ਦੀ ਆਪਸ਼ਨ ਹੈ, 2.5 ਮੀਟਰ ਪਲੱਸ ਬੋਟਮ ਆਏਗਾ, ਦੁਪੱਟਾ ਆਏਗਾ, 4 ਸਾਈਡ ਪ੍ਰਿੰਟਿੰਗ ਵੀਵਿੰਗ ਅਤੇ ਨਾਲ ਨਾਲ ਆਊਟਿੰਗ ਦੇ ਵਿੱਚ। ਇਹ ਹੈਗਾ ਲਾਈਟ ਲਾਈਲੈਕ ਮੋਵ ਕਲਰ ਹੈ ਜੀ ਇਹਦਾ, ਅਤੇ ਦੂਜਾ ਕਲਰ ਆਏਗਾ ਲਾਈਟ ਬਲੂ ਕਲਰ, ਹਲਕਾ ਜਿਹਾ ਲਾਈਟ ਡਾਰਕ ਆ ਗਿਆ ਨਾ ਕੋਂਬੀਨੇਸ਼ਨ, ਇੱਦਾਂ ਹੀ ਮੋਵ ਦੇ ਵਿੱਚ ਆ ਗਿਆ ਲਾਈਟ ਡਾਰਕ। ਇਹ ਜੋਰਜਟ ਔਰਗੈਂਜ਼ਾ ਦੀ ਸ਼ਰਟ, ਸੇਮ ਫੈਬਰਿਕ ਦੀ ਆਪਣਾ ਚੁੰਨੀ, ਸਿਲਕ ਦੀ ਬੋਟਮ, ਆਈਟਮ ਨੰਬਰ 3, ਪ੍ਰਾਈਸ ਪਏਗਾ 6200। ਚਲੋ ਅੱਗੇ ਜੀ, ਕਾਜਲ ਜੀ ਸਤਿ ਸ਼੍ਰੀ ਅਕਾਲ ਜੀ, ਗਗਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਹਰਸੀਰਤ, ਵੈਰੀ ਗੁੱਡ, ਸੋਨੀਆ ਮਲਹੋਤਰਾ। ਲਓ ਜੀ ਕੈਚ ਦੇਣਾ ਜਿਹੜਾ ਜੀ, ਇਹ ਐਕਚੁਲੀ ਪਿਓਰ ਤਾਨਾ ਬਾਨਾ ਸਿਲਕ ਦੇ ਵਿੱਚ ਆਈਟਮ ਆਉਂਦੀ ਹੈ, 12-12.5 ਹਜ਼ਾਰ ਤੋਂ ਰੇਂਜ ਸ਼ੁਰੂ ਹੁੰਦੀ ਹੈ ਪਿਓਰ ਦੇ ਵਿੱਚ। ਇਹ ਉਹੀ ਚੀਜ਼ ਨਾ ਵੋਵਨ ਦੇ ਵਿੱਚ ਆਈਟਮ ਬਣਾਤੀ ਇਹਨਾਂ ਨੇ, ਔਰ ਬਹੁਤ ਰੀਜ਼ਨੇਬਲ ਦਿੱਤਾ ਪੀਸ ਜੀ ਇਹ। ਮਤਲਬ ਜੇ ਤੁਸੀਂ ਕੁਛ ਐਕਸਟਰਾ ਪਾਉਣਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਸੁਪਰ ਪੀਸ ਹੈ ਜੀ ਇਹਦਾ। ਇਹ ਸਾਰੀ ਵੀਵਿੰਗ ਹੈ ਜੀ ਇਹਦੇ 'ਚ, ਪ੍ਰਿੰਟਿੰਗ ਨਹੀਂ ਹੈਗੀ, ਇਹ ਟੋਟਲ ਵੋਵਨ ਆ। ਆਹ ਦੇਖੋ ਸਾਰੀ ਵੀਵਿੰਗ ਹੈ। ਦੇਖੋ ਸਾਨੂੰ ਵੀ ਮਜ਼ਾ ਆਉਂਦਾ ਵੀ ਜਿਹੜੀ ਚੀਜ਼ ਵੀਡੀਓ ਨਵੀਂ ਨਵੀਂ ਅਸੀਂ ਪਾਈਏ। ਇਹਦੇ 'ਚ 4-5 ਕਲਰ ਨੇ, ਯੈਲੋ ਹੈ, ਰੈੱਡ ਆ, ਗ੍ਰੀਨ ਹੈ, ਪਿੰਕ ਹੈ, ਇਹ ਪੂਰੀ ਵੀਵਿੰਗ ਦੇ ਵਿੱਚ ਫਲਾਵਰ ਬਣੇ ਨੇ। ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖਣੀ ਹੈ, ਜਿੰਨਾ ਮਰਜ਼ੀ ਘੇਰਾ, ਤੁਹਾਨੂੰ ਕੋਈ ਦਿੱਕਤ ਨਹੀਂ। 2.5 ਪਲੱਸ ਬੋਟਮ ਹੈ, ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟੇ ਦੇ ਕੋਰਨਰ ਉੱਤੇ ਸੇਮ ਇੱਦਾਂ ਹੀ ਫਲਾਵਰ ਨੇ, ਅਤੇ ਨਾਲ ਨਾਲ ਵੀਵਿੰਗ ਹੈ। ਇਹ ਗੋਲਡਨ ਚੀਕੂ ਗੋਲਡ ਕਲਰ ਹੈ, ਦੂਜਾ ਹੈਗਾ ਇਹ 'ਚ ਗ੍ਰੀਨਿਸ਼ ਬਲੂ ਕਲਰ ਜੀ, ਦੋਨੇ ਕਲਰ ਬਹੁਤ ਖੂਬਸੂਰਤ ਨੇ। ਹਾਂਜੀ ਟੀਨਾ ਜੀ ਸਤਿ ਸ਼੍ਰੀ ਅਕਾਲ ਜੀ, ਨਵਜੋਤ ਜੀ ਸਤਿ ਸ਼੍ਰੀ ਅਕਾਲ ਜੀ, ਕਾਜਲ ਜੀ ਸਤਿ ਸ਼੍ਰੀ ਅਕਾਲ ਜੀ, ਸ਼ਵੇਤਾ ਬਾਂਸਲ ਸਤਿ ਸ਼੍ਰੀ ਅਕਾਲ, ਬਿਭਾਈ ਸਤਿ ਸ਼੍ਰੀ ਅਕਾਲ ਜੀ, ਗੋਇਲ ਸਾਹਿਬ ਸਤਿ ਸ਼੍ਰੀ ਅਕਾਲ। ਆਈਟਮ ਨੰਬਰ 4 'ਤੇ ਸਿਰਫ 5100 ਰੇਟ ਨਿਕਲਿਆ, ਵੈਰੀ ਗੁੱਡ, ਬਹੁਤ ਪਿਆਰਾ ਕੰਸੈਪਟ ਹੈ ਜੀ ਇਹਦਾ। ਚਲੋ ਅੱਗੇ ਜੀ, ਲਓ ਜੀ ਤੁਹਾਨੂੰ ਹੋਰ ਚੀਜ਼ ਦਿਖਾਉਣੇ, ਇਹ ਵੀ ਚੀਜ਼ ਬਹੁਤ ਅੱਛੀ ਸਾਡੇ ਕੋਲ ਪਾਸ ਹੋਈ ਹੈ। ਇਹਦੇ 'ਚ ਮੇਰੇ ਖਿਆਲ ਅੱਜ 20-25 ਦਿਨਾਂ ਬਾਅਦ ਆਏ ਨੇ, 12-15 ਪੀਸ ਬਣ ਕੇ। ਇਹਦਾ ਜਿਹੜਾ ਵੀਵਿੰਗ ਨੀਚੇ ਹੈਗਾ, ਇਹਨੂੰ ਬੋਲਦੇ ਨੇ ਸ਼ੀਰ ਸ਼ੱਕਰ ਬੇਸ, ਬਹੁਤ ਵਧੀਆ ਬੇਸ ਹੈ ਜੀ ਇਹਦਾ। ਇਹ ਸਾਰਾ ਨਾ ਹਲਕਾ ਜਿਹਾ ਵੀਵਿੰਗ ਦੇ ਵਿੱਚ ਬੇਸ ਹੁੰਦਾ ਹੈ। ਸੇਮ ਇਹਦੀ ਬੈਕ ਆਏਗੀ, ਬਾਜ਼ੂ 'ਤੇ ਪ੍ਰਿੰਟਿੰਗ ਹੈ ਅਤੇ ਨਾਲ ਨਾਲ ਆਊਟਿੰਗ ਹੈ, ਇੱਦਾਂ ਹੀ ਸ਼ਰਟ ਹੈ। ਇਹਨੂੰ ਬੋਲਦੇ ਨੇ ਆਪਣਾ ਨੀਚੇ ਬਰਸ਼ਿੰਗ ਹੈ, ਉਹਦੇ ਉੱਪਰ ਪਹਿਲਾਂ ਦੇਖੋ ਨੀਚੇ ਵੀਵਿੰਗ ਫੈਬਰਿਕ ਆ ਗਿਆ, ਫਿਰ ਉਹਦੇ ਉੱਪਰ ਬਰਸ਼ਿੰਗ ਆ ਗਈ, ਫਿਰ ਉਹਦੇ ਉੱਪਰ ਗੋਟੇ ਦੀ ਆਊਟਿੰਗ ਆ ਗਈ, ਫਿਰ ਨਾਲ ਨਾਲ ਹਲਕਾ ਲੈਦਰ ਦੀ ਸੈਟਿੰਗ ਕਰਤੀ ਵਿੱਚ ਇਹਦੀ। ਇਹ ਪੂਰੀ ਸ਼ਰਟ ਦਾ ਦੇਖੋ ਫਰੰਟ ਆ, ਜਿੰਨੀ ਮਰਜ਼ੀ ਲੈਂਥ ਰੱਖੋ, ਜਿੰਨਾ ਮਰਜ਼ੀ ਘੇਰਾ ਰੱਖੋ, ਫੁੱਲ ਬਾਜ਼ੂ ਬਣੇਗੀ, 2.5 ਪਲੱਸ ਬੋਟਮ ਹੈ, ਦੁਪੱਟਾ ਪਿਓਰ ਸ਼ਿਫੋਨ ਦਾ ਨਾਲ ਇਹਦੇ ਜੀ। ਦੁਪੱਟੇ ਚਾਰੇ ਪਾਸੇ ਇੱਕ ਤਾਂ ਲੇਸ ਆ ਗਈ ਜਿਸ ਤਰ੍ਹਾਂ, ਅਤੇ ਇੱਕ ਇਹਦੇ ਕੋਰਨਰ ਉੱਤੇ ਬੂਟੇ ਆ ਗਏ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਨੀਚੇ ਫਿਰ ਗੋਟੇ ਦਾ ਇੰਬਰਾਇਡਰੀ ਦੇ ਵਿੱਚ ਬੋਰਡਰ ਵੀ ਦਿੱਤਾ ਹੋਇਆ। ਦੋ ਕਲਰ ਨੇ, ਇੱਕ ਗ੍ਰੇ ਕਲਰ ਹੈ ਜੀ ਇਹਦਾ, ਇੱਕ ਹੈਗਾ ਲੈਮਨ ਮੈਂਗੋ ਕਲਰ ਹੈ ਜੀ ਇਹਦਾ। ਦੋਨੇ ਕਲਰ ਮੈਨੂੰ ਤਾਂ ਬਹੁਤ ਅੱਛੇ ਲੱਗ ਰਹੇ ਨੇ, ਬਾਕੀ ਪਸੰਦ ਹਰ ਦੀ ਆਪਣੀ ਆਪਣੀ ਆ। ਹਾਂਜੀ ਗੋਇਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜਸਦੀਪ ਜੀ, ਹਰਦੀਪ ਜੀ, ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਲਓ ਜੀ ਗ੍ਰੇ ਆ, ਇੱਕ ਲੈਮਨ ਮੈਂਗੋ ਕਲਰ ਹੈ। ਪ੍ਰਾਈਜ਼ ਭਾਅ ਜੀ ਤੁਸੀਂ ਦੱਸ ਦਿਓ ਕਿੰਨਾ? ਆਈਟਮ ਨੰਬਰ 5 ਆ, ਪ੍ਰਾਈਜ਼ ਪਏਗਾ ਸਿਰਫ 4010 ਰੁਪਈਏ, 4010। ਚਲੋ ਓਕੇ ਜੀ, ਲਓ ਜੀ ਤੁਹਾਨੂੰ ਹੋਰ ਦਿਖਾ ਰਿਹਾ ਔਰਗੈਂਜ਼ਾ ਉੱਤੇ ਆਈਟਮ ਹੈ ਵੀ। ਕੈਲਕਟਾ ਦੀ ਬੁਟੀਕ ਹੈ ਜੀ ਭਾਬੀ ਜੀ, ਉਹਦੀ ਆਈਟਮ ਆਈ ਜੀ ਅਲੀ, ਸਕਾਈ ਬਲੂ ਅਤੇ ਕਰੀਮ ਕਲਰ ਦੇ ਵਿੱਚ ਹੈ, ਪੂਰੀ ਇੰਬਰਾਇਡਰੀ ਦੁਪੱਟੇ ਉੱਤੇ, ਪੂਰਾ ਜਾਲ ਸ਼ਰਟ ਦੇ ਉੱਤੇ, ਅਤੇ ਹੈਵੀ ਘੇਰੇ ਦੇ ਵਿੱਚ, ਹੈਵੀ ਘੇਰਾ ਆ ਗਿਆ, ਮਤਲਬ ਜੀ ਸਲਿਟ ਲੇਬਲ ਤੋਂ ਥੋੜ੍ਹਾ ਜਿਹਾ ਨੀਚੇ ਤੱਕ ਹੁੰਦਾ ਹੈ। ਸਕਾਈ ਬਲੂ ਕਲਰ ਆਈ ਇਹਦਾ, ਇਹ ਪੂਰੀ ਇੰਬਰਾਇਡਰੀ ਆ ਗਈ, ਠੀਕ ਹੈ ਇਹਦੇ ਉੱਤੇ। ਇਹਦੇ 'ਚ ਬਰਡਸ ਵੀ ਬਣੇ ਨੇ, ਫਲਾਵਰ ਬਣੇ ਨੇ, ਇਸ ਤਰ੍ਹਾਂ ਫੁੱਲ ਪੱਤੀਆਂ ਬਣੀਆਂ ਨੇ, ਨੀਚੇ ਸਕੈਲਪਿੰਗ ਆ ਗਈ ਤਿੱਲੇ ਦੀ, ਉੱਪਰ ਬੂਟੀ ਕੋਨਸੈਪਟ ਆ ਗਿਆ ਪਾਰਸੀ ਦਾ। ਇਹ ਪੂਰੀ ਸ਼ਰਟ ਦਾ ਫਰੰਟ ਆ, ਠੀਕ ਹੈ ਜੀ, ਬੈਕ ਬੋਟਮ ਪਲੇਨ ਹੁੰਦੀ ਹੈ, ਲੈਂਥ ਬਣੇਗੀ ਤਕਰੀਬਨ 45-46-47 ਤੱਕ, ਤੁਹਾਡੀ ਮਰਜ਼ੀ ਜਿੰਨੀ ਤੁਸੀਂ ਮਰਜ਼ੀ ਕਰ ਸਕਦੇ ਹੋ, ਮਤਲਬ 40 ਵੀ ਤੁਸੀਂ ਬਣਾ ਸਕਦੇ ਹੋ, ਨਹੀਂ ਕਿ ਆਪਾਂ 45 ਬਣਾਉਣੀ ਆ, ਕਿਉਂਕਿ ਉੱਪਰ ਗਲਾ ਵਗੈਰਾ ਨਹੀਂ ਬਣਿਆ ਹੋਇਆ। ਦੁਪੱਟੇ 'ਚ ਪੂਰੀ ਬੂਟੀ ਦਾ ਜਾਲ ਹੈ ਸਕੈਟਡ, ਅਤੇ ਚਾਰੇ ਪਾਸੇ ਸਕੈਲਪਿੰਗ ਆ ਤਿੱਲੇ ਦੀ। ਇਹ ਹੈਗਾ ਲਾਈਟ ਸਕਾਈ ਬਲੂ, ਦੂਜਾ ਹੈਗਾ ਕਰੀਮ ਕਲਰ, ਕਰੀਮ ਦੇ ਉੱਤੇ ਵੀ ਮਲਟੀ ਹੈ, ਇਹਦੇ ਉੱਪਰ ਵੀ ਮਲਟੀ ਹੈ, ਲੇਕਿਨ ਦੋਨਾਂ ਉੱਤੇ ਇੰਬਰਾਇਡਰੀ ਪੂਰੀ ਜਚ ਰਹੀ ਹੈ। ਕਲਰ ਮੈਚਿੰਗ ਆਲਮੋਸਟ ਸੇਮ ਹੁੰਦੀ ਹੈ, ਸਕਾਈ ਸਕਾਈ ਲੱਗਿਆ, ਪਿੰਕ ਪਿੰਕ ਲੱਗਿਆ, ਗ੍ਰੀਨ ਗ੍ਰੀਨ ਲੱਗਿਆ, ਸਿਰਫ ਫੈਬਰਿਕ ਹੀ ਚੀ, ਕਲਰ ਹੀ ਚੇਂਜ ਹੁੰਦਾ ਨੀਚੇ, ਬਾਕੀ ਪੀਸ ਹੋਣੇ ਵੈਸੇ ਨਾ ਦੋਨੇ। ਆਈਟਮ ਨੰਬਰ 6 ਆ, ਪ੍ਰਾਈਜ਼ ਪਏਗਾ 4010 ਰੁਪਈਏ ਜੀ। ਚਲੋ ਅੱਗੇ ਜੀ, ਉਹ ਜੀ ਤੁਹਾਨੂੰ ਮਨ ਹੈ ਹੈਂਡ ਵਰਕ ਦੇ ਵਿੱਚ ਆਈਟਮ ਆਈ ਹੈ ਮੇਰੇ ਕੋਲ। ਇੱਕ ਤਾਂ ਇਹਦੇ 'ਚ ਲਾਈਲੈਕ ਮੋਵ ਕਲਰ ਆਇਆ, ਇੱਕ ਗਾਜਰੀ ਆਇਆ,
ਇਹ ਲਖਨਊ ਦੀ ਆਈਟਮ ਹੈ ਜੀ। ਟੋਟਲ ਸਾਰਾ ਹੈਂਡ ਵਰਕ ਹੈ ਨੀਚੇ, ਪਹਿਲਾਂ ਰੀਅਲ ਤਿੱਲੇ ਦਾ ਕੰਮ ਹੁੰਦਾ, ਪੇਟਾ ਵਰਕ ਜਿਹਨੂੰ ਬੋਲਦੇ ਹਾਂ ਅਸੀਂ, ਫਿਰ ਉਹਦੇ ਉੱਪਰ ਸੀਕੁਐਂਸ ਦਾ ਕੰਮ ਹੈ, ਫਿਰ ਕਟਦਾਨੇ ਦਾ, ਫਿਰ ਨੋਟ ਦਾ। ਆਹ ਦੇਖੋ ਪਹਿਲਾਂ ਤੁਸੀਂ ਲੁੱਕ ਦੇਖੋ ਪੂਰੀ ਸ਼ਰਟ ਦੀ, ਇਹ ਨੀਚੇ ਪੂਰਾ ਬਾਰਡਰ ਆਏਗਾ ਹੈਂਡ ਵਰਕ। ਇਹ ਤਕਰੀਬਨ 26-27-28 ਇੰਚ ਦਾ ਘੇਰਾ ਬਣ ਜਾਂਦਾ, ਠੀਕ ਹੈ ਜੀ। ਅਤੇ ਸਾਈਡ ਉੱਤੇ ਬਾਜ਼ੂ ਦਿੱਤੇ ਹੁੰਦੇ ਨੇ, ਕਿਉਂਕਿ 5 ਮੀਟਰ ਫੁੱਲ ਕੱਪੜਾ ਵਾ, ਉਹ ਤੁਹਾਡੀ ਮਰਜ਼ੀ, ਤੁਸੀਂ ਇਹਦੇ 'ਚ ਨੀਚੇ ਸਲਵਾਰ ਬਣਾਉਣੀ, ਪੈਂਟ ਬਣਾਉਣੀ, ਜੋ ਮਰਜ਼ੀ ਤੁਸੀਂ ਸਟਿਚ ਕਰਾ ਸਕਦੇ। ਆਹ ਉੱਪਰ ਆਏਗਾ ਇਹਦੇ 'ਚ ਪੈਨਲ, ਇਹ ਨੀਚੇ ਘੇਰੇ ਦੇ ਨਾਲ ਹੀ 2 ਬੂਟੇ ਬਣੇ ਨੇ ਨੀਚੇ, ਦਬਕੇ ਦਾ, ਕਟਦਾਨੇ ਦਾ, ਸੀਕੁਐਂਸ ਦਾ, ਨੋਟ ਦਾ। ਅਤੇ ਇਹ ਉੱਪਰ ਆਏਗਾ ਪੈਨਲ ਇਹਦੇ 'ਚ ਇਸ ਤਰ੍ਹਾਂ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਲਾਈਲੈਕ ਮੋਹ, ਬਹੁਤ ਪਿਆਰਾ ਕੋਨਸੈਪਟ ਹੈ ਜੀ। ਪਿਓਰ ਦਾ ਸੂਟ ਹੈ ਜੀ, 5 ਮੀਟਰ ਚਨੌਨ ਸ਼ਫੋਨ ਦੀ ਚੁੰਨੀ, ਬੜੇ ਉੱਥੋਂ ਚੱਕ ਰਿਹਾ ਇੱਦਾਂ ਲੰਬਾ ਦੁਪੱਟਾ ਲਾ, ਉਹ ਪਾਸਾ ਲਾ ਕੇ ਆ ਦੇ। ਆਹ ਦੇਖੋ ਇਸ ਤਰ੍ਹਾਂ ਜੀ, ਸਿੱਧਾ ਕਰ ਦੇ ਬੇਟੇ, ਸਿੱਧਾ ਕਰਦੇ, ਹੋਰ ਸਿੱਧਾ ਕਰਦੇ, ਇੱਧਰ ਨੂੰ ਇੱਦਾਂ ਰੱਖਿਆ ਕਰ। ਆਹ ਦੇਖੋ ਜੀ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਪੂਰੀ ਫੁੱਲ ਲੈਂਥ ਦੀ ਸ਼ਰਟ ਹੈ, 5 ਮੀਟਰ ਸੂਟ ਹੈ, ਦੁਪੱਟਾ ਚਨੌਨ ਸ਼ਫੋਨ ਦਾ, ਇੱਕ ਮੂਵਿਸ਼ ਕਲਰ ਹੈ, ਦੂਜਾ ਐਚ ਰਸਟਿਚ ਗਾਜਰੀ ਕਲਰ ਹੈ ਜਿਹੜਾ। ਟੋਟਲ ਸਾਰਾ ਹੈਂਡ ਵਰਕ ਹੈ, ਨੋਟਿੰਗ ਦਾ ਕੰਮ ਹੈ, ਸਿੱਪੀ ਦਾ, ਤਿੱਲੇ ਦਾ, ਕਟਦਾਨੇ ਦਾ, ਨੋਟ ਦਾ। ਲਓ ਜੀ, ਦਿਓ ਜੀ, ਪ੍ਰਾਈਜ਼ ਕੀ ਨਿਕਲਿਆ ਬੇਟਾ? ਆਈਟਮ ਨੰਬਰ 7 ਪ੍ਰਾਈਜ਼ ਪਏਗਾ 6,650 ਰੁਪਈਏ ਜੀ। ਚਲੋ ਅੱਗੇ ਜੀ, ਲਓ ਜੀ, ਕਿ ਫਾਈਲ ਦੇ ਵਿੱਚ ਵੀਵਿੰਗ ਆਈਟਮ ਆਈ ਹੈ, ਕੰਟਰਾਸਟ ਬਣ ਕੇ ਆਈਟਮ ਆਈ ਹੈ, ਵੀ ਚੀਜ਼ ਬਹੁਤ ਪਿਆਰੀ ਹੈ ਜੀ, ਕੰਟਰਾਸਟ ਵੀ, ਮਲਟੀ ਡਾਇੰਗ ਦੁਪੱਟਾ ਹੈ, ਆਈਟਮ ਬਹੁਤ ਪਿਆਰੀ। ਇਹ ਮੋਸਟਲੀ ਨਾ ਪਹਿਲਾਂ ਸੂਟ ਆਉਂਦੇ ਸੀ ਤਕਰੀਬਨ ਪਿਓਰ ਔਰਗੈਂਜ਼ਾ ਦੇ ਉੱਤੇ ਦੁਪੱਟੇ ਆਉਂਦੇ ਸੀ ਫੁਲਕਾਰੀ ਦੇ ਸੂਟਾਂ ਨਾਲ, 12,000, 13,000, 14,000 ਦੀ ਰੇਂਜ 'ਚ ਆਈਟਮਾਂ ਸੀਗੀਆਂ, ਲੇਕਿਨ ਇਹ ਤਾਂ ਬਹੁਤ ਰੀਜ਼ਨੇਬਲ ਆਈਟਮ ਆ ਗਈ ਦੇਖਣ ਬਣ ਕੇ। ਸਕਾਈ ਬਲੂ ਦੇ ਵਿੱਚ ਟੋਟਲ ਵੀਵਿੰਗ ਹੈ ਸਾਰੀ, ਇਹ ਬਨਾਰਸੀ ਨਹੀਂ ਜੀ, ਫਾਈਲ ਹੁੰਦੀ ਹੈ ਸਾਰੀ, ਇਹ ਰੇਸ਼ਮ ਦਾ ਕੰਮ ਹੀ ਹੁੰਦਾ ਇੱਕ ਤਰ੍ਹਾਂ ਦਾ, ਧਾਗਾ ਹੀ ਹੁੰਦਾ ਇੱਕ ਤਰ੍ਹਾਂ ਦਾ। ਸ਼ਰਟ ਦਾ ਨੀਚੇ ਘੇਰਾ ਆ ਗਿਆ, ਉਹਦੇ ਉੱਪਰ ਛੋਟੀ ਵੱਡੀ ਬੂਟੀ ਦਾ ਪੂਰਾ ਜਾਲ ਆਏਗਾ, ਉੱਪਰ ਫਿਰ ਨੈੱਕ ਵੀ ਬਣਾਇਆ ਦੇਖੋ ਇੱਦਾਂ ਹੀ, ਇਹ ਵੀ ਲਾਈਟ ਬਲੂ ਕਲਰ ਹੈ। ਅਤੇ ਭਾਅ ਜੀ ਇੱਦਾਂ ਹੀ ਸੇਮ ਬੈਕ ਆਏਗੀ ਇਹਦੀ, ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟਾ ਆਏਗਾ 4 ਡਾਇੰਗ ਦੇ ਵਿੱਚ ਇਸ ਤਰ੍ਹਾਂ। ਦੁਪੱਟੇ 'ਚ ਬਲੂ ਵੀ ਹੈ, ਗ੍ਰੀਨ ਵੀ ਹੈ, ਪੀਚ ਵੀ ਹੈ ਅਤੇ ਮੈਂਗੋ ਵੀ ਹੈ, 4 ਕਲਰ ਦੁਪੱਟਾ ਨਾਲ, ਇਹਦੇ 4 ਡਾਇੰਗ ਬੋਲਦੇ ਇਹਨੂੰ ਜੀ ਇਸ ਤਰ੍ਹਾਂ। ਦੂਜਾ ਕਲਰ ਆਏਗਾ ਗ੍ਰੀਨ, ਇਹ ਸਮਿੰਟ ਗ੍ਰੀਨ ਕਲਰ ਹੈ, ਦੋਨੇ ਚੀਜ਼, ਦੋਨੇ ਕਲਰ ਮਤਲਬ ਬਹੁਤ ਸੁਪਰ ਨੇ ਜੀ ਹਲੇ। ਦਿਓ ਜੀ, ਪ੍ਰਾਈਜ਼ ਕੀ ਨਿਕਲਿਆ? ਆਈਟਮ ਨੰਬਰ 8 ਪ੍ਰਾਈਜ਼ ਪਏਗਾ 3,930 ਰੁਪਈਏ, 3,930 ਓਨਲੀ। ਲਓ ਜੀ, ਵੀਵਿੰਗ ਦੇ ਵਿੱਚ ਹੀ ਮੇਰੇ ਕੋਲ 2 ਪੈਟਰਨ ਹੈ, ਦੋਨੇ ਸ਼ੋਅ ਕਰਨੇ ਨੇ। ਇਹ ਵੀ ਚੀਜ਼ ਬਹੁਤ ਸੋਹਣੀ ਹੈ, ਮੋਵ ਕਲਰ ਦੇ ਉੱਤੇ ਐਂਟੀਕ ਵੀਵਿੰਗ ਹੈ, ਬਲੈਕ ਕਲਰ ਦੀ ਆਈਟਮ, ਅਸੀਂ ਕਾਫੀ ਵੇਚਦੇ ਹਾਂ, ਸਾਡੇ ਕੋਲ ਬਹੁਤ ਸੇਲ ਆਈ ਇਹਦੀ। ਹਾਂਜੀ, ਰਾਣੀ ਰੇਨੂ ਜੀ ਸਤਿ ਸ਼੍ਰੀ ਅਕਾਲ ਜੀ, ਨੀਤੂ ਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਗਰੇਵਾਲ ਸਾਹਿਬ। ਆਹ ਚੀਜ਼ ਹੈਗੀ ਮੋਵ ਕਲਰ ਹੈ ਜੀ ਨੀਚੇ ਵਾਲਾ, ਉਹਦੇ 'ਤੇ ਐਂਟੀਕ ਵੀਵਿੰਗ ਹੈ, ਹਲਕਾ ਜਿਹਾ ਨੀਮ ਜ਼ਰੀ ਚੱਲਦਾ ਪਿਆ ਗ੍ਰੀਨ ਅਤੇ ਕੋਪਰ ਦਾ, ਇੱਦਾਂ ਹੀ ਸੇਮ ਵੀਵਿੰਗ ਵਿੱਚ ਆ ਜਾਏਗੀ ਨੀਮ ਜ਼ਰੀ ਦੀ, ਉੱਪਰ ਇਹ 'ਚ ਨੈੱਕ ਦੇ ਉੱਤੇ ਸੈਟਿੰਗ ਆ ਜਾਏਗੀ ਇਸ ਤਰ੍ਹਾਂ। ਸੇਮ ਇਹਦੀ ਬੈਕ ਆਏਗੀ, ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟੇ ਉੱਤੇ ਪੂਰੀ ਵੀਵਿੰਗ ਹੈ, ਇਹ ਬਾਜ਼ੂ ਬੇਟੇ, ਇਹ ਬਾਜ਼ੂ ਵਾਲੀ ਕੀ ਨਾਲ ਇਹਦੇ, ਅਤੇ ਇਹ ਨਾਲ ਦੁਪੱਟਾ, ਚਾਰੇ ਪਾਸੇ ਬਾਰਡਰ ਵਿੱਚ ਪੂਰੀ ਬੂਟੀ, ਮੋਵ ਕਲਰ ਹੈ, ਅਤੇ ਦੂਜਾ ਇੱਥੇ ਹੈਗਾ ਜੀ ਆਪਣਾ ਬੇਜ ਕਲਰ ਹੈ ਦੂਜਾ ਜੀ ਇਹਦਾ 'ਚ। ਆਹ ਦੇਖੋ ਹਲਕੀ ਹਲਕੀ ਨੀਮ ਜ਼ਰੀ ਦੀ ਲਾਈਨ ਚੱਲਦੀ ਹੈ, ਬਹੁਤ ਐਕਸਕਲੂਸਿਵ ਚੀਜ਼ ਹੈ ਜੀ ਇਹਦਾ। ਦਿਓ ਜੀ, ਆਈਟਮ ਨੰਬਰ ਕੀ ਆ? 9 ਨੰਬਰ ਆਈਟਮ ਆ, ਪ੍ਰਾਈਜ਼ ਪਏਗਾ 3,750 ਰੁਪਈਏ ਸਿਰਫ ਇਹਦਾ ਜੀ। ਹਾਂਜੀ, ਵਿਸ਼ਾਲੀ ਲਾਵਾ ਜੀ ਸਤਿ ਸ਼੍ਰੀ ਅਕਾਲ ਜੀ, ਸ਼ਿਵਾਨੀ ਜੀ ਸਤਿ ਸ਼੍ਰੀ ਅਕਾਲ ਜੀ, ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਡਾਕਟਰ ਮੋਨਿਕਾ, ਅਭਿਸ਼ੇਕ ਵੈਰੀ ਗੁੱਡ। ਉਹ ਜੀ, ਕਿ ਬੁਟੀਕ ਦਾ ਕੋਨਸੈਪਟ ਹੈਗਾ ਇਹਦਾ, ਇਹ ਚੀਜ਼ ਬਹੁਤ ਪਿਆਰੀ ਹੈ ਦੇਖੋ, ਪਾਕਿਸਤਾਨੀ ਥੋੜ੍ਹੀ ਲੁੱਕ ਦਿੱਤੀ ਪੀਸ ਨੂੰ। ਆਹ ਦੇਖੋ ਤੁਸੀਂ ਪੂਰੀ ਪਹਿਲਾਂ ਗਰੇਸ ਦੇਖੋ, ਪਹਿਲਾਂ ਨੀਚੇ ਲੇਸ ਆ ਗਈ ਇਸ ਤਰ੍ਹਾਂ ਤਾਂ ਜ਼ਿਗਜ਼ੈਗ ਦੇ ਵਿੱਚ, ਫਿਰ ਚਿਕਨਕਾਰੀ ਦਾ ਬਾਰਡਰ ਆ ਗਿਆ ਵਿੱਚ ਇਹਦੇ ਜਿਸ ਤਰ੍ਹਾਂ, ਫਿਰ ਇਹਦੇ ਉੱਪਰ ਬਰਸ਼ਿੰਗ ਦਿੱਤੀ ਹੈ, ਫਿਰ ਇਹਦੇ ਉੱਪਰ ਇੰਬਰਾਇਡਰੀ ਦੇ ਪੈਚ ਬਣਾ ਕੇ ਲਾਏ ਨੇ ਸਾਰੇ ਇਹ, ਫਿਰ ਟੋਟਲ ਸਾਰੀ ਪੈਚਿੰਗ ਕੀਤੀ ਉੱਪਰ ਇਹਦੇ ਇਸ ਤਰ੍ਹਾਂ ਜੀ। ਇਹਦੇ 'ਚ ਦਬਕੇ ਦਾ ਕੰਮ ਵੀ ਹੈ, ਕਟਦਾਨੇ ਦਾ ਕੰਮ ਵੀ ਹੈ, ਇਹਦੇ 'ਚ ਤਾਂ 2 ਪੈਚ ਨੀਚੇ ਘੇਰੇ ਦੇ ਯੂਜ਼ ਕੀਤੇ ਨੇ, ਇੱਕ ਉੱਪਰ ਨੈੱਕ ਦੇ ਵਿੱਚ ਲਾਇਆ ਇਸ ਤਰ੍ਹਾਂ। ਆਹ ਲੁੱਕ ਆਈ, ਇਹ ਹੈਗਾ ਪੀਚ ਕੋਪਰ ਕਲਰ ਹੈ, ਅਤੇ ਦੁਪੱਟੇ ਦੇ 4 ਕੋਰਨਰ ਹੈ, ਦੁਪੱਟੇ ਸੈਂਟਰ ਦੇ ਵਿੱਚ ਲੇਸਿਸ ਹੈ, ਬਰਸ਼ਿੰਗ ਹੈ, ਮਤਲਬ ਕੁੱਲ ਮਿਲਾ ਕੇ ਜਿਹਨੂੰ ਆਪਾਂ ਕਹੀਏ ਵੀ ਬਹੁਤ ਹੀ ਐਕਸਕਲੂਸਿਵ ਹੈ, ਨਖਰੇ ਵਾਲਾ ਪੀਸ ਹੈ। ਇੱਕ ਪੀਚ ਕੋਪਰ, ਅਤੇ ਦੂਜਾ ਹੈਗਾ ਲਾਈਟ ਬਲੂ ਕਲਰ ਜੀ, ਇਹਦੇ 'ਚ 2 ਕਲਰ ਨੇ ਜੀ, ਇਹਦੇ ਦੋਨੇ ਪੀਸ ਬਹੁਤ ਸੋਹਣੇ ਜੀ। ਦਿਓ ਜੀ, ਪ੍ਰਾਈਜ਼ ਕੀ ਨਿਕਲਿਆ? ਆਈਟਮ ਨੰਬਰ 10 ਆ ਜੀ, ਪ੍ਰਾਈਜ਼ ਪਏਗਾ 5,230 ਰੁਪਈਏ ਜੀ ਦਾ। ਡੋਲੀ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਜੀ, ਉਸ਼ਾ ਜੀ ਸਤਿ ਸ਼੍ਰੀ ਅਕਾਲ ਜੀ, ਬਲਬੀਰ ਜੀ ਸਤਿ ਸ਼੍ਰੀ ਅਕਾਲ, ਸੰਦੀਪ ਜੀ ਸਤਿ ਸ਼੍ਰੀ ਅਕਾਲ, ਰਾਣਾ ਜੀ,
जी क्या आइटम आएगी, एम्ब्राइडरी के आइटम आई है भी, चीज़ बहुत प्यारी है जी। इस तरह डिजिटल प्रिंट दुपट्टा वा, तो जॉर्जेट का बेस है लीनो वाला, वो उपर रेशम का कम है सारा जरा। यह बुकलेट का पीस आइटम बहुत सोहनी है। नीचे बॉर्डर आ गया, ये एडजस्ट हो जाता उपर नीचे आप कर सकते हैं, इनू आप नीचे नहीं करना, इन अगर उपर बिल्कुल नाल लाना तो इतने भी लग जाएगा ना, ठीक है जी। तो यह उपर आएगी शर्ट के उत्ते, प्लेसिंग पैटर्न बोलते हैं सारा, एक तो इस कोर्नर से आ जाएगा बूटा, फिर नीचे इस तरह प्लैनर आ गया, फिर आ पूरी एम्ब्रॉयडरी, एक बूटा आएगा चेस्ट के साइड उत्ते। आप जी बहुत प्यारी कॉन्सैप्ट, लाइट सीग्रीन है, तो नाल दुपट्टा बड़ा कमाल दे रहे जी। दुपट्टा डिजिटल के दिता नाल चनौन का दुपट्टा, और इतने डिजिटल प्रिंटिंग आ लुक आएगी पूरे आर्टिकल की, बहुत मतलब सिंपल भी है सोबर भी है। थैंक यू जी डोली एजेंसी जी। लो जी दूजा कलर चाहिए पीच कलर, ये प्रॉपर पीच कलर है, बहुत सोहना काम है जी। दो जी प्राइस जनाब जी की निकले, आइटम नंबर 11 प्राइस पेगा सिर्फ 2540 रुपये। वेरी गुड पीस, बहुत ही सुपर है जी। हाँ जी बलजिंदर कौर गरेवाल साहब सत श्रीकाल जी, वेरी स्मार्ट आर्टिकल दीदी दीदी रोज़ नवी लैके आई दी आइटम जी। एक क्या देखो तुम होर दिखाने लगे, शगुफा ये प्योर साटन के उत्ते आइटम आई जी, वोवन दुपट्टा नाल डोला सिल्क की चुन्नी है, प्योर साटन सिल्क बेस है, वो उपर जमैट्रिकल अपना जयपुरी प्रिंट है, सॉरी देखो सारा प्रिंटिंग देखो ये जयपुरी प्रिंट है, प्योर साटन जॉर्जेट है कपड़ा है। नीचे ये सिल्क का बॉर्डर है येलो कलर का, एम्ब्रॉयडरी वाला सेम इदा ही नैक उत्ते एम्ब्रॉयडरी है, सेम यदि बैक आएगी फुल बाजू की ऑप्शन है, दुपट्टा आएगा नाल डोला सिल्क का, यह बहुत सोहना कलर है। जिमें अगों हूँ अपन ब्राइट कलर चाहिए ने, जिमें अगों रखड़ी भी आ रही है, होर सारे फेस्टिवल शुरू हो रहे हैं। लो जी एक हैगा रेड मैरून कलर है ये, तो दूजा हैगा येलो कलर है, येलो उत्ते हैगा कोरल पिंक कलर, यह हैगा चेरी रेड के उत्ते हैगा येलो कलर, ये अलग डिजाइन है, वो अलग डिजाइन है, लेकिन सुपर पीस है जरा, दोनों पीस एक्सक्लूसिव, बहुत प्यारी आइटम है। 12 नंबर आइटम 3620 रुपये। चलो अगे जी गुरप्रीत कौर जी सत श्रीकाल जी, जवंदा साहब हिना जी सत श्रीकाल जी, गोयल साहब, नीता सिंह, नीता सिंह जी, पुष्पा जी, सारे सत श्रीकाल जी। लो जी क्या चीज़ देखो, अभी चीज़ बहुत प्यारी है, प्रिंटिंग देखो तुम जरा, प्योर जॉर्जेट है जी, ये 80 ग्राम की क्वालिटी होंगी जी, जॉर्जेट इन्हें बोलते हैं प्लाटीनियम जॉर्जेट। हाँ जी नोट कर लो, नाम लिख लो, कई बार बंदा भुल जाता कोई गल नहीं, प्लाटीनियम जॉर्जेट बोलते हैं जी। नाले दे बॉटम होंगी है क्रेप की, जरा बेसिकली कलर है ग्रीनिश ब्लू, उस कलर की बॉटम आएगी, प्रिंटिंग बहुत प्यारी है। दुपट्टा खोलो बेटा जरा, हाँ नाल दुपट्टे दे, दुपट्टे का बेसिक कलर वही बॉटम वाला वा, एक प्रिंटिंग सैल्फ आ गई, एक प्रिंटिंग ब्राइट कंट्रास्ट आ गई, मतलब एक टैक्सचर प्रिंट आ गया, तो दूजा कलर आ गया इस तरह माउस कलर आएगा। लो जी आ लुक आएगी, आइटम नंबर 13 सिर्फ 2700 रेटिंग है जी। देखो कपड़ा भी बहुत बढ़िया जॉर्जेट का, क्रेप की सवार आ, तो दुपट्टा भी नाल जॉर्जेट का, एक्सक्लूसिव चीज़ और रेट रीजनेबल। पिंकी चौहान जी सत श्रीकाल जी, और बड़े आई बोले आई रहा कोई ना पता मैं। और जी क्या चीज़ देखना जरा, डार्क पर्पल के आइटम आई है इतने आके, थोड़ा जहा हाँ डार्क पर्पल है, थोड़ा जहा कई बार ब्लू टिंज ही मारते, लेकिन है डार्क पर्पल जिमें फाल साढ़े पदर वाइन टाइप, वो कलर है ये प्योर का कलर है ना, ये आल ओवर सूट है 5 मीटर, पहला कड़दाने का नीचे बॉर्डर आ गया, ठीक है जी, फिर वो उपर कड़दाने वाली पूरी बेलां बनिया ने, तो वो उपर तिले तो रेशम का कम है, नाल ये नॉट आएगी हल्की हल्की, यह पूरी शर्ट का इस तरह फ्रंट आएगा जरा, फुल बाजू की ऑप्शन है, दुपट्टे उत्ते भी इस तरह पैनल बनेगा दोनों बेलों का, तो चारे पासे स्कैल्पिंग आ, करेब का सूट है, चनौन छपोन की चुनी है, आ लुक पूरे आर्टिकल की। हाँ हाँ दिखाओ भाई जी, दो कलर है जी, एक लैमन कलर है येलो, थोड़ा जहा ब्राइट येलो कलर है, लेकिन पाया अच्छा लगता है, ऐसी गल नहीं जी, कुड़ियों कुड़ियों एक्चुअली कपड़ा पाने का तरीका होंगे, जचा लेंदी ऐसी गल नहीं चीज़ में, वह लो जी ये दो कलर ने जी, एक येलो है एक डार्क पर्पल, बहुत प्यारा कॉन्सैप्ट है, प्योर करेब उत्ते चनौन छपोन की चुनी, 14 नंबर आइटम सिर्फ 6490 रुपये जी। वेरी गुड गोयल साहब सत श्रीकाल जी, नीना जी सत श्रीकाल जी, दीदी वीडियो शेयर भी करा करो प्लीज़ सारे जने। हाँ जी अभी भी थोड़े वास्ते चीज़ा नवी नवी लैके आई दें, बस तुम हल्का कृपा करा करो कि शेयर कर दिया करो, तो बाकी तुम हो 10,000 तो उपर तुम कित भी डिलीवरी करानी है इंडिया के किसी भी कोने च, वो तुम फ्री मिलेगी, 10,000 तो उपर होएगा बिल, इंडिया तुम कित भी बैठे हो, 2 सूट लेने, 4 लेने, 5 लेने, चाहे उत्ते खर्चा 500 आए चाहे आए 1,000 रुपया खर्चा, तुम्हें वो कोई चार्ज नहीं लगना, इंडिया 10,000 तो उपर डिलीवरी फ्री है अपनी,
लो जी आज देखो जरा यह सारा डोरी गोटे का काम आएगा। वो बूटी के इस तरह लाइन आ गई, चार पैनल आ गए। ये नखरे वाले पीस ने जी, बहुत एक्सक्लूसिव का काम देखो जरा किया हो। डोरी का काम है, सिर्फ जयपुर के कुछ कारीगर ने बजुर्ग उही करते हैं। अगर जी अगली पीढ़ी आ रही है किसी ने काम नहीं करना इदा का। नैक लाओ भाई अगो जरा, आ नैक आएगा सारा जी का। एक भी सारा मोस्टली फिल्म स्टार का काम करते हैं, असी तो हल्के हल्के पीस अपने तैयार करा लीजिए उन्होंने जी। आ देखो नाल दुपट्टा, देखो गड़चोला वीविंग का दुपट्टा, उत्ते बूटी है। यह हैगा लाइट ब्लू कलर है, ग्रीनिश ब्लू, दूजा कलर भी ग्रे है। दोनों कलर बहुत सुपर ने जी। हले ये मतलब आप आम नालों थोड़ी जी डिफरेंट कॉन्सैप्ट कह सकते हैं आप। देखो जी प्राइस प्योर ऑरगैनजा उत्ते है जी, प्योर की चुन्नी, आइटम नंबर 15, प्राइस पेगा 10,380 रुपये। थोड़े जी नखरे वाले पीस ने। हाँ जी शरण जी, जी सत श्रीकाल जी, गुराया जी, जसबीर कौर जी, मनप्रीत जी, अनुपमा जी, सत श्रीकाल जी, गोयल साहब। तो जी क्या भी चीज़ मेरे को बहुत पास हो गई है जी। ये भी दूजी तीजी बार आइटम बिक रही है, मल्टी दुपट्टा ही ये मतलब रेट के अकॉर्डिंग चीज़ देखने वाली हैगी है। मतलब इस रेंज के इस तो वधिया पीस मेरे हिसाब से बन नहीं सकता जी। देखो पूरा सारा नीचे वाइट पर्ल का, सिप्पी का, कड़दाने का काम आएगा शर्ट के घेरे से। उपर तीन तरह की लाइना आ गई, सिप्पी, पर्ल से कड़दाना, ठीक है जी। ये पूरी शर्ट का फ्रंट आएगा, ठीक है जी। इधर नैक तुम अपनी मर्जी ने शेप देनी है। दुपट्टा आएगा मल्टी अदे खुलते उपर, दुपट्टा आएगा मल्टी। दो लाइना शर्ट के कलर दिया ने, तीन लाइना कंट्रास्ट ने, ब्लू ना दो लाइना कंट्रास्ट से ब्लू तो मोव जी। दूजा कलर आएगा स्काई ब्लू, एक पिंक आ गया, दूजा स्काई ब्लू आ गया। टोटल सारा हैंडवर्क है, स्कैल्पिंग आ, सिप्पी आ, कड़दाने का काम है। दो जी प्राइस की निकले, आइटम नंबर 16, प्राइस पेगा 5700 रुपये जी, 5700। लो जी क्या चीज़ आएगी जी, प्योर क्रेप के उत्ते आइटम है। ये हैगा रामा ब्लू कलर है, पीकॉक ब्लू जिदा होंगे ना, प्रॉपर पीकॉक ब्लू क्रेप के उपर। काम देखो सारा नीचे पहला कड़दाने का काम आ गया, इस तरह ये वाइट पर्ल्स का काम आ गया, नाल तिले की लाइन आ गई। पहला छोटी बड़ी बूटी उपर नीचे आ गई सारी, इस तरह उपर हल्का जहाँ स्कैटर करता, हल्का जहा खोलता बूटी। यह पूरी शर्ट का जाल आ गया, मतलब कुल मिला के बहुत प्यारा कॉन्सैप्ट है। फुल बाजू आएगी, 5 मीटर सूट है, दुपट्टे के चारे पासे हैवी बॉर्डर है, तो स्कैल्पिंग है नाल नाल पर आ लुक आएगी पूरे आर्टिकल की। इस दूजा कलर है इस तरह रानी कलर है ये। देखो काम देखो तुम्हें किया, टोटल सारा हैंडवर्क है, पर्ल्स है, कड़दाना वा, सीकुएंस है, तिले का काम है। तो जी आइटम नंबर की है 17, प्राइस देगा 4500 रुपये। लो जी तुम्हें दो पीस आने मेरे को आए हैं वाइट के, दो आइटम्स। काफ़ी गाहक की डिमांड सी कि चिकनकारी के भाजी पीस दिखाओ कुछ। ये मुकैश के मेरे को नवी आइटम लॉन्च हुई है, ये तो हैंडवर्क बन के आया नैक उत्ते। मतलब मैं क्या आइटम बहुत ही सुपर है जी। ये सारी मुकैश है मैडम जी, मुकैश देखने में तुम्हें बहुत देर हो गया होना। यह सारी मुकैश है, ऑल ओवर सारी बर्फी टाइल का सारी जमी है पूरी। तो नैक दिखाओ भाजी, ये उपर उपर हैंडवर्क का नैक दिता ना, मतलब पहला नैक की जगह छड़ी है, फिर मुकैश की है, फिर नैक उत्ते एम्ब्रॉयडरी है। ये हल्का जहा कड़दाने का काम है, तिले का काम है, एंटीक का, तो नाल वाइट पर्ल्स है। यह सिर्फ कुर्ता पट्टी नैक है, दुपट्टे के चारे पासे बॉर्डर आएगा, इस तरह ही मुकैश का ही चारे पासे लाइट बॉर्डर आएगा फोर साइड के उत्ते। बहुत एक्सकलूसिव चीज़ है जी। यह हैगा अपना वाइट उत्ते लाइट ब्लू, इनू जिहड़ा कलर कहोगे डाई हो जाएगा जी। 3 मीटर बॉटम है नाल, ना करीब की तुहाडी मर्जी है। तुम जिमें लाइट ब्लू हैगा वो अकॉर्डिंग डाई कराना चाहोगे, जिमें दूजा लाइट पिंक है ये अकॉर्डिंग डाई कराना चाहोगे। ये मुकैश का डिजाइन इस तरह जिगजैग आ गया, ठीक है जी। ये जिस तरह बर्फी नुमा स्टाइल आ गया, रेट दोनों का सेम है लेकिन आइटम सुपर है। वो जी प्राइस की निकला बेटे का आइटम नंबर अज की वीडियो की यह 18, प्राइस पेगा जी सिर्फ 7300 रुपये जी, 7300। प्लीज शो लाइलैक कलर सूट, ठीक है जी। तुम मनप्रीत जी काम करो, तुम 3 नंबर दिखाए थे वो ना, एक नंबर पर कॉल कर लो किसी भी बेशक से, जो 3रा नंबर उत्ते ना करे लो क्योंकि वाले वीडियो पै रही नंबर तो तुम दिखा देंगे, कोई गल नहीं। क्या देखो जी चिकनकारी ऑरगैनजा उत्ते आइटम आई है, सारा टोटल शैडो वर्क है। ये चीज़ा तुम्हें नहीं मिलनिया जी 12-12, 15-15 हज़ार
खर्च के भी नहीं मिलने। काम देखो टोटल सारा हैंडवर्क है, रेशम का काम है, वो उपर सीपी का काम है, हल्का जहा कटदाने का काम है, ए बूटे बने ने सारे हैंडवर्क के। ये उपर इस तरह फैंसी नैक आ गया, फुल बाजू आएगी, दुपट्टे के सब पलिया उत्ते पूरी एम्ब्रॉयडरी है। तो दियो जी प्राइस की निकलिया दूजा कलर दस दो भाई जी, दौड़ता ही नहीं जी, माड़ा मोटा फर्क कट देता वैसे तो। ये हल्का जहा मरह गला उस ही है, ये जिस तरह जहा थोड़ा जहा राउंडिंग आ गया, उस थोड़ा अंबी वाला पैटर्न आ गया। बस दियो जी प्राइस की निकलिया आइटम नंबर आज की वीडियो की 19 प्राइस पेगा सिर्फ 3950 रुपये। 3 मीटर बॉटम आएगी, कलर जो कहोगे डाई करा देंगे, डाई के पैसे एक्सट्रा होंगे, समझो थोड़ा 3500-3600 पीस तैयार हो जाएगा, बाकी स्टिचिंग करा तुम्हें अपनी करानी है। लाओ जी कच ही देना जरा जी, ये मेरे को 2 पीस हूँ सिंगल सिंगल आए हैं, ये भी चीज़ बहुत सोहनी, जयपुर के पीस दोनों ने जी। ये उपर ना जयपुर का गोटे का काम है, गोटा पत्ती नहीं होंगे, गोटा होंगे ये, कच्चा गोटा होंगे ये, लेकिन यह सारा मशीन नाल लग्या होंगे, यही कि उतर जूगा उत्तों ना। यह पूरा शर्ट का घेरा आ गया, उसके उपर इस तरह बूटी आ गई जी, 3 बूटी फुल बाजू आ गई, दुपट्टा आएगा ना 4 टाइंग के बच्चे है, दुपट्टा 4 टाइंग आएगा, पिंक पीच ब्लू तो ग्रीन। देखो बाकी 12 पीस, इकलौता पीस आया जी, अला परपल कलर का सूट दिखा दो, ठीक है जी। रजनी जी कॉल कर लियो प्लीज़, हांडा साहब, हांडा साहब। लो जी आइटम नंबर 20 प्राइस पेगा 3970 रुपये जी। लो जी लास्ट पीस बैठे हमने, लास्ट तो खोर दिखा रहे हो, भी चीज़ बहुत सुनी है, प्योर मसलीन के उत्ते आइटम आई है, जयपुर का कॉन्सैप्ट है, नाल दुपट्टा बनाया दे, मल्टी दुपट्टा बहुत प्यारी आइटम आई है। देखिए पीस की ये जयपुर का पीस है यार, ये लाइना आ गया प्रिंटिंग दे विच, नाल उहदे विच ब्लॉक प्रिंटिंग है। हाँ देखो नैक काम देखो तुसीं कीता है, ओरिजिनल दबके का काम आ, लाइट गोल्डन का दबके का काम आ, इहदे विच नोट का काम आ गया, रेशम का काम आ गया, नाल वाइट परल आ गया दबके नाल, उपर शीशे का नैक आ गया, आ लुक आएगी। सेम यदि बैक है, फुल बाजू की ऑप्शन है, दुपट्टे उत्ते भी इस तरह ब्लॉक प्रिंटिंग भी है, तो नाल इहदे विच हल्की हल्की वीविंग भी है दुपट्टे। लो जी एक्सक्लूसिव सिंगल सिंगल पीस आए ने, ये दूज प्राइस आइटम नंबर 21 प्राइस पेगा 3700 रुपये जी। लो जी ये मैं तुम दिखाया जोड़े सुपर पीस से, तो नंबर तुम एक बार फिर नोट करो। तो जी यार देखो जी, वेलकम टू फेसबुक बलबीर स्टोर, बड़े नंबर रखो सामने। लो जी ए 3 नंबर ने साडे स्टोर के, 3 नंबर से वट्सअप चलता, तुम्हें जो जो चंगा लगता पिक भेज के अपने पीस फाइनल कर सकते हो। ओके जी, सत श्री अकाल जी, बाय बाय जी।